ਹਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਮੈਂ ਹਾਂ ਅਵਨੀਤ ਸਿੰਘ ਤੇਜਾ। ਅੱਜ ਜਿਸ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਆਏ ਹਾਂ, ਇਹ ਅਸਲ 'ਚ ਜੇ ਅਸੀਂ ਕਹੀਏ ਕੈਨੇਡਾ ਜਾਂ ਟੋਰਾਂਟੋ ਜਾਂ ਬ੍ਰੈਂਪਟਨ, ਇੱਥੇ ਆਪਣੇ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਕੁਛ ਅਜਿਹੀਆਂ ਸਮੱਸਿਆਵਾਂ ਜੋ ਲਗਾਤਾਰ ਹਾਈਲਾਈਟ ਹੋ ਰਹੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਆ ਰਹੀਆਂ ਨੇ। ਹੁਣ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਵਾਰ ਵਾਰ ਉਸ ਮੁੱਦੇ ਉੱਪਰ ਗੱਲ ਕਿਉਂ ਕਰਦੇ ਜਦੋਂ ਅਸੀਂ ਵਿਦਿਆਰਥੀਆਂ ਦੀਆਂ ਲੜਾਈਆਂ ਦੀ ਗੱਲ ਕਰਦੇ ਹਾਂ, ਅਤੇ ਇਸ ਮੁੱਦੇ ਉੱਪਰ ਵਾਰ ਵਾਰ ਕਿਉਂ ਚਰਚਾ ਛੇੜੀ ਜਾਂਦੀ ਹੈ। ਪਰ ਉਹ ਚਰਚਾ ਛੇੜੀ ਜਾਣੀ ਬਹੁਤ ਹੀ ਜ਼ਰੂਰੀ ਅਤੇ ਅਹਿਮ ਹੋ ਜਾਂਦੀ ਹੈ ਇਸ ਮੁੱਦੇ ਨੂੰ, ਜੇਕਰ ਅਸੀਂ ਹਮੇਸ਼ਾ ਵਾਸਤੇ ਇਸ ਦਾ ਕੋਈ ਹੱਲ ਕਰਨਾ, ਇਸ ਨੂੰ ਖਤਮ ਕਰਨਾ ਚਾਹੁੰਦੇ ਹਾਂ, ਤਾਂ ਕਿ ਵਾਰ ਵਾਰ ਕਮਿਊਨਿਟੀ ਦੇ ਵਿੱਚ ਇਹ ਮੈਸੇਜ ਨਾ ਜਾਵੇ ਕਿ ਆਪਣੇ ਵਿਦਿਆਰਥੀ ਜਾਂ ਆਪਣੇ ਬੱਚੇ ਜਿਹੜੇ ਗਲਤ ਰਾਹੇ ਪੈ ਰਹੇ ਆ, ਉਹਦੇ ਨਾਲ ਬਾਕੀ ਜੋ ਚੰਗੇ ਵਿਦਿਆਰਥੀ ਵੀ ਨੇ ਉਹਨਾਂ ਦੇ ਖਿਲਾਫ ਵੀ ਇੱਕ ਜਿਹੜਾ ਵਿਚਾਰ ਪ੍ਰਗਟ ਹੋ ਜਾਂਦਾ, ਉਹਨਾਂ ਦੇ ਖਿਲਾਫ ਇੱਕ ਨਫ਼ਰਤ ਜਿਹੜੀ ਪੈਦਾ ਹੋ ਜਾਂਦੀ, ਉਹ ਉਸ ਤਰ੍ਹਾਂ ਨਾ ਹੋਵੇ। ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਠੱਲਿਆ ਜਾ ਸਕਦਾ? ਹੋਰ ਵੀ ਬਹੁਤ ਸਾਰੇ ਅਜਿਹੇ ਮਸਲੇ ਨੇ, ਜੇ ਅਸੀਂ ਟੋਰਾਂਟੋ ਏਰੀਆ ਦੀ ਗੱਲ ਕਰੀਏ, ਬ੍ਰੈਂਪਟਨ ਦੀ ਗੱਲ ਕਰੀਏ, ਮਿਸਿਸਾਗਾ ਦੀ ਗੱਲ ਕਰੀਏ, ਅਪਰਾਧ ਦਰ ਦੀ ਗੱਲ ਕਰੀਏ, ਉਹ ਵੀ ਵੱਧ ਰਿਹਾ। ਹੋਰ ਵੀ ਬਹੁਤ ਸਾਰੇ ਮਸਲੇ ਜਿਹੜੇ ਉਹ ਧਿਆਨ ਮੰਗਦੇ ਆ ਕਿ ਉਹਨਾਂ ਉੱਪਰ ਚਰਚਾ ਹੋਣੀ ਚਾਹੀਦੀ ਹੈ। ਅੱਜ ਇਹਨਾਂ ਸਾਰੇ ਮਸਲਿਆਂ 'ਤੇ ਗੱਲ ਕਰਨ ਲਈ ਮੇਰੇ ਨਾਲ ਨੇ ਅਪੀਲ ਪੁਲਿਸ ਤੋਂ ਕਾਂਸਟੇਬਲ ਹਰਿੰਦਰ ਸੋਹੀ ਜੀ। ਸੋਹੀ ਜੀ, ਸਵਾਗਤ ਤੁਹਾਡਾ। ਹਾਈ, ਥੈਂਕ ਯੂ ਫੋਰ ਹੈਵਿੰਗ ਮੀ ਹੇਅਰ। ਥੈਂਕ ਯੂ ਸੋਹੀ ਜੀ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਦੀ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ, ਕਿਉਂਕਿ ਅਸੀਂ ਕੁਛ ਮਹੀਨੇ ਪਹਿਲਾਂ ਵੀ ਚਰਚਾ ਕੀਤੀ ਸੀ ਇਸ ਉੱਪਰ ਕਿ ਜੋ ਸਟੂਡੈਂਟਸ ਦੀਆਂ ਲੜਾਈਆਂ ਜਾਂ ਵੀਡੀਓ ਵਾਇਰਲ ਹੋ ਰਹੀਆਂ ਨੇ, ਉਸ ਤੋਂ ਬਾਅਦ ਦੀ ਸਿਚੁਏਸ਼ਨ ਜਿਹੜੀ ਹੈ, ਬਹੁਤ ਸਾਰੀਆਂ ਵੀਡੀਓ ਇੱਕਦਮ ਵਾਇਰਲ ਹੋਈਆਂ। ਆਪਣੀ ਗੱਲ ਵੀ ਹੋਈ, ਪਹਿਲਾਂ ਵੀ ਆਪਾਂ ਗੱਲ ਕੀਤੀ, ਫੋਨ 'ਤੇ ਵੀ ਗੱਲ ਕੀਤੀ, ਇਹ ਕਿਉਂ ਹੋ ਰਿਹਾ, ਇਹਦਾ ਰੀਜ਼ਨ ਕੀ ਹੁਣ ਤੱਕ ਸਾਹਮਣੇ ਆਇਆ ਕਿ ਸਿਰਫ ਅੰਤਰਰਾਸ਼ਟਰੀ ਸਟੂਡੈਂਟ ਨੇ ਜਾਂ ਹੋਰ ਵੀ ਲੋਕ ਇਹਦੇ ਵਿੱਚ ਇਨਵੋਲਵ ਨੇ? ਭਾਈ, ਹੁਣ ਤੁਸੀਂ ਆਪ ਵੀ ਮੈਨੂੰ, ਤੁਸੀਂ ਤਿੰਨ ਵੀਡੀਓ ਭੇਜੀਆਂ ਸੀ ਮੈਨੂੰ, ਅਤੇ ਅਸੀਂ ਇਨਵੈਸਟੀਗੇਸ਼ਨ ਕੀਤੀ ਸੀ ਉਹਨਾਂ ਵਿੱਚ। ਹੁਣ ਜਿਹੜੀ ਇੱਕ ਵੀਡੀਓ ਸੀ ਉਸ ਟੀਓਜ਼ ਐਂਡ ਵਿੰਸਟਨ ਚਰਚਲ 'ਤੇ ਹੋਈ ਸੀ, ਅਤੇ ਉਹ ਹਾਲਟ ਐਂਡ ਪੁਲਿਸ ਦੀ ਇਨਵੈਸਟੀਗੇਸ਼ਨ ਆ, ਸੋ ਮੈਂ ਉਹਦੇ ਵੱਲ ਨਹੀਂ ਗੱਲ ਕਰ ਸਕਦਾ ਜੀ। ਹੁਣ ਤੁਸੀਂ ਇੱਕ ਹੋਰ ਵੀਡੀਓ ਭੇਜੀ ਸੀ ਮੈਨੂੰ, ਜਿਹੜਾ ਸ਼ਰਡਿੰਗ ਕਾਲਜ ਪਲਾਜ਼ਾ, ਉੱਥੇ ਲੜਾਈ ਹੋਈ ਸੀ, ਅਤੇ ਇੱਕ ਬੀਅਰ ਸਟੋਰ ਦੇ ਕੋਲ ਹੋਈ ਸੀ, ਸ਼ਾਪਰਸ ਵਰਲਡ, ਅਤੇ ਇੱਕ ਹੋਰ ਫਰੈਸ਼ਕੋ ਦੇ ਕੋਲ ਹੋਈ ਸੀ। ਸੋ ਜਦੋਂ ਤੁਸੀਂ ਮੈਂ ਵੀਡੀਓ ਭੇਜਿਆ ਸੀ, ਮੈਂ ਥੋੜ੍ਹਾ ਚੈੱਕ ਕੀਤਾ ਸੀ, ਅਤੇ ਹੈਰਾਨ ਦੀ ਗੱਲ ਆ ਵੀ ਕਿਸ ਨੇ ਸਾਨੂੰ ਫੋਨ ਨਹੀਂ ਕੀਤਾ। ਓਕੇ, ਵੀ ਹੈਡ ਨੋ ਫੋਨ ਕਾਲਸ ਐਟ ਆਲ, ਕਿਸ ਨੇ ਆਈ ਨੋ ਮਨ ਫੋਨ ਕੀਤਾ। ਅਤੇ ਮੈਂ ਲੋਕਾਂ ਨੂੰ ਫੇਰ ਕਹਿਣਾ ਵੀ ਜਦੋਂ ਤੁਸੀਂ ਵੀਡੀਓ ਬਣਾਉਂਦੇ ਆ, ਸਟਾਪ, ਅਤੇ ਸਾਨੂੰ ਫੋਨ ਕਰੋ। ਆਈ ਥਿੰਕ ਹੁਣ ਲੋਕਾਂ ਦੀ ਇੰਟਰਸਟ ਜ਼ਿਆਦਾ ਹੈਗਾ ਮੈਂ ਵੀਡੀਓ ਬਣਾਵਾਂ, ਮੈਂ ਯੂਟਿਊਬ 'ਤੇ ਪਾਵਾਂ, ਫੇਸਬੁੱਕ 'ਤੇ ਪਾਵਾਂ, ਟਵਿੱਟਰ 'ਤੇ ਪਾਵਾਂ, ਫਿਰ ਮੇਰੇ ਲੋਕ ਮੇਰੇ ਵੱਲ ਦੇਖਣਗੇ ਅਤੇ ਮੇਰੇ ਜ਼ਿਆਦਾ ਫਾਲੋਅਰਸ ਬਣਨਗੇ। ਬਿਲਕੁਲ ਰਾਈਟ, ਨੋਬਡੀ ਕਾਲਡ ਅਸ। ਲੋਕ ਸਾਨੂੰ ਪੁੱਛੀ ਜਾਂਦੇ ਆ ਪਲੀਜ਼ ਕੀ ਕਰਦੇ ਆ, ਮੈਂ ਕਹਿੰਦਾ ਵੀ ਤੁਸੀਂ ਸਾਨੂੰ ਫੋਨ ਨਹੀਂ ਕਰਦੇ ਜੀ। ਰਾਈਟ, ਜਿਹੜੀ ਉਹ ਤਿੰਨ ਵੀਡੀਓ ਤੁਸੀਂ ਭੇਜਿਆ ਸੀ, ਨਾਟ ਅ ਸਿੰਗਲ ਫੋਨ ਕਾਲ। ਸੋ ਜਿਹੜੇ ਉਹ ਕੇਸਿਸ ਹੋਏ, ਨਾਟ ਅ ਸਿੰਗਲ ਇਨਵੈਸਟੀਗੇਸ਼ਨ ਹੋਇਆ ਜੀ ਇਨਵੋਲਵਿੰਗ ਦੋਸ ਫਾਈਟਸ ਜੀ। ਓਕੇ, ਸੋ ਨੋ ਅਰੈਸਟ ਹੈਵ ਬੀਨ ਮੇਡ। ਅੱਛਾ, ਕੁਝ ਵੀ ਨਹੀਂ ਇਨ ਪੀਓ ਬਿਕਾਜ਼ ਨੋਬਡੀ ਕਾਲਡ ਅਸ। ਹੁਣ ਤਾਂ ਪੁਰਾਣੀ ਗੱਲਾਂ ਹੋ ਗਈਆਂ ਰਾਈਟ, ਹੁਣ ਅਸੀਂ ਕੀ ਕਰੇ ਜੀ? ਵਾਟ ਯੂ ਵਾਂਟ, ਆਈ ਐਮ ਆਸਕਿੰਗ ਦ ਕਮਿਊਨਿਟੀ, ਇਫ ਯੂ ਸੀ ਦਿਸ ਟਾਈਪ ਆਫ ਬਿਹੇਵੀਅਰ, ਜੇ ਤੁਸੀਂ ਲੜਾਈ ਦੇਖ ਰਹੇ ਹਾਂ, ਫੋਨ ਰੱਖ ਦਿਓ ਐਂਡ ਕਾਲ ਅਸ ਇਨਸਟੈਡ, ਵੀਡੀਓ ਬਾਅਦ 'ਚ ਬਣਾ ਲਓ। ਬਿਲਕੁਲ, ਇੱਕ ਜ਼ਿੰਮੇਦਾਰ ਮੀਡੀਆ ਹੋਣ ਦੇ ਨਾਤੇ, ਪ੍ਰਾਈਮ ਏਸ਼ੀਆ ਟੀਵੀ ਦੀ ਵੀ ਡਿਊਟੀ ਬਣਦੀ, ਅਸੀਂ ਸਾਡੇ ਕੋਲ ਵੀਡੀਓ ਜਦੋਂ ਕੋਈ ਵੀ ਵਾਇਰਲ ਹੋ ਜਾਂਦੀ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ, ਅਸੀਂ ਉਸ ਨੂੰ ਇੱਕਦਮ ਮਸਾਲੇਦਾਰ ਖਬਰ ਨਹੀਂ ਬਣਾਉਂਦੇ। ਸਾਡੀ ਕੋਸ਼ਿਸ਼ ਕੀ ਹੁੰਦੀ ਹੈ, ਜਿਵੇਂ ਤੁਹਾਨੂੰ ਹਰਿੰਦਰ ਸੋਹੀ ਹੋਣਾਂ ਨੇ ਖੁਦ ਦੱਸਿਆ ਕਿ ਅਸੀਂ ਉਹ ਵੀਡੀਓ ਆਪਣੇ ਟੀਵੀ ਉੱਪਰ ਚਲਾਉਣ ਦੇ ਨਾਲੋਂ ਬਿਹਤਰ ਇਹ ਸਮਝਿਆ ਕਿ ਪਹਿਲਾਂ ਪੁਲਿਸ ਕੋਲੋਂ ਪੁੱਛਿਆ ਜਾਵੇ। ਸਾਰਿਆਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ। ਜਦੋਂ ਅਸੀਂ ਇਹਨਾਂ ਕੋਲ ਪੁੱਛਿਆ, ਇਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਦੇ ਵਿੱਚੋਂ ਇੱਕ ਵੀ ਜਦੋਂ ਫੋਨ ਕਾਲ ਨਹੀਂ ਆਈ ਤਾਂ ਪੁਲਿਸ ਐਕਸ਼ਨ ਕਿਸ ਤਰ੍ਹਾਂ ਕਰ ਸਕਦੀ ਹੈ। ਅਤੇ ਅਪੀਲ ਹੈ ਸਾਡੀ, ਜਿਵੇਂ ਸੋਹੀ ਹੁਣੀ ਵੀ ਕਾਂਸਟੇਬਲ ਸੋਹੀ ਅਪੀਲ ਕਰ ਰਹੇ ਨੇ ਕਿ ਤੁਸੀਂ ਵੀਡੀਓ ਚਲੋ ਬਣਾਉਣੀ ਹੈ ਬਣਾ ਲਓ, ਪਰ ਪੁਲਿਸ ਨੂੰ ਇਨਫੋਰਮ ਤਾਂ ਕਰੋ ਤਾਂ ਕਿ ਸਹੀ ਮਾਇਨੇ 'ਚ ਪਤਾ ਲੱਗ ਸਕੇ। ਤਸਵੀਰ ਤਾਂ ਹੀ ਕਲੀਅਰ ਹੋਊਗੀ ਜੇ ਪਤਾ ਲੱਗੂਗਾ ਕਿ ਸਾਨੂੰ ਕਿ ਲੋਕ ਇਨਵੋਲਵ ਕਿਹੜੇ ਆ। ਅਸੀਂ ਸਿਰਫ ਇੱਕ ਵਰਗ ਨੂੰ ਉਹਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਕਿ ਇਹ ਅੰਤਰਰਾਸ਼ਟਰੀ ਸਟੂਡੈਂਟ ਹੋਣਗੇ, ਇੰਟਰਨੈਸ਼ਨਲ ਸਟੂਡੈਂਟ ਹੀ ਇਨਵੋਲਵ ਹੋਣਗੇ, ਪਰ ਜਿੰਨੀ ਦੇਰ ਤੱਕ ਜਾਂਚ ਹੀ ਨਹੀਂ ਹੋਊ, ਇਨਵੈਸਟੀਗੇਸ਼ਨ ਨਹੀਂ ਹੋਊ, ਪਤਾ ਕਿੱਦਾਂ ਲੱਗੂਗਾ, ਸੱਚ ਕਿਵੇਂ ਸਾਹਮਣੇ ਆਵੇਗਾ? ਅੱਛਾ, ਹੁਣ ਤੁਸੀਂ ਦੱਸੋ ਕਿ ਕਮਿਊਨਿਟੀ ਜਦੋਂ ਤੁਹਾਨੂੰ ਫੋਨ ਇਹ ਤਾਂ ਕਰ ਦਿੰਦੇ ਕਿ ਤੁਸੀਂ ਕੁਛ ਕਰ ਨਹੀਂ ਰਹੇ, ਜਦੋਂ ਤੁਸੀਂ ਸਵਾਲ ਕਰਦੇ ਹੋ ਕਮਿਊਨਿਟੀ ਨੂੰ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਸਾਨੂੰ ਹੈਲਪ ਕਿਉਂ ਨਹੀਂ ਕਰ ਰਹੇ, ਫਿਰ ਅੱਗੇ ਜਵਾਬ ਕੀ ਹੁੰਦਾ ਜੀ? ਵਾਸ ਜਸਟ ਨਾਟ ਅ ਕਮਿਊਨਿਟੀ, ਬ੍ਰੈਂਪਟਨ ਦਾ ਸਿਟੀ ਕਾਉਂਸਲਰ ਨੇ ਵੀ ਕਿਹਾ ਵੀ ਹੀ ਡਜ਼ਨਟ ਥਿੰਕ ਵੀ ਜਿਹੜੀ ਆ ਕਾਲਸ ਆ ਸਾਡੇ ਹਾਈ ਪ੍ਰਾਇੋਰਟੀ ਨਹੀਂ ਹੈਗੀਆਂ। ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸ ਸਕਦਾ, ਜੇ ਬੰਦਾ ਫੋਨ ਕਰੇ ਵੀ 10-15 ਜਵਾਨ ਲੜਦੇ ਆ, ਇਟਸ ਅ ਹਾਈ ਪ੍ਰਾਇੋਰਟੀ ਫੋਰ ਅਸ ਜੀ, ਵੀ ਵਿਲ ਅਰਾਈਵ ਐਂਡ ਵਿਲ ਇਨਵੈਸਟੀਗੇਟ। ਸੋ ਜਦੋਂ ਹੁਣ ਆਈ ਡੋਟ ਨੋ ਵਟ ਸਲੂਸ਼ਨ ਇਜ਼, ਹੁਣ ਆਈ ਹੀਅਰ ਅ ਲੋਟ ਆਫ ਪੀਪਲ ਸੇਇੰਗ ਵੀ ਆਪਾਂ ਸਟੂਡੈਂਟਸ ਨੂੰ ਬਲੇਮ ਕਰਦੇ ਹਾਂ ਜੀ, ਪਰ ਜਿੰਨੀ ਦੇਰ ਇਨਵੈਸਟੀਗੇਸ਼ਨ ਹੋਏ ਆਪਾਂ ਨੂੰ ਕੌਣ ਪਤਾ ਵੀ ਕੌਣ ਲੜਦੇ ਹਾਂ? ਸਹੀ, ਉਹ ਤਾਂ ਇੱਧਰ ਦੇ ਬੋਰਨ ਹੋ ਸਕਦੇ ਆ, ਸਟੂਡੈਂਟ ਵੀ ਨਹੀਂ ਹੋ ਸਕਦੇ, ਕਿ ਯੰਗ ਮੇਲਸ ਹੈ ਨਾ ਜੀ। ਸੋ ਆਪਾਂ ਸਟੂਡੈਂਟਸ ਨੂੰ, ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਆਪਾਂ ਉਹਨਾਂ ਨੂੰ ਆਲਵੇਜ਼ ਬਲੇਮ ਕਰਦੇ ਹਾਂ ਵੀ ਇਹ ਸਟੂਡੈਂਟਸ ਹੋਣਗੇ, ਸਟੂਡੈਂਟ
ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ। ਹੁਣ ਜਿਹੜਾ ਬੰਦਾ 2 ਸਾਲ ਹੀ ਕੈਨੇਡਾ ਦੇ ਵਿੱਚ ਆਈਏ, ਨਾਮੇ ਵੱਲ ਦੇਖੀ ਜਾਂਦਾ, ਕਹਿੰਦਾ ਵੀ ਉਹ ਗੰਦ ਪਾਉਂਦੇ ਆ ਜੀ। ਹੁਣ ਜਿਹੜੇ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਹਰ ਰਾਤ, ਉਹ ਨਹੀਂ ਗੰਦ ਪਾਉਂਦੇ ਆਪਣੀ ਕਮਿਊਨਿਟੀ ਦੇ ਵਿੱਚ ਜੀ? ਜਿਹੜੇ ਸ਼ਰਾਬ ਪੀ ਕੇ ਪਾਰਕਾਂ ਵਿੱਚ ਫਿਰੀ ਜਾਂਦੇ ਆ, ਜਿਹੜੇ ਬੁੜੇ ਹੁੰਦੇ ਆ ਐਲਡਰਲੀ, ਉਹ ਨਹੀਂ ਗੰਦ ਪਾਉਂਦੇ ਜੀ? ਬਿਲਕੁਲ ਸਹੀ। ਹੁਣ ਜਦੋਂ ਜਿਹੜੇ ਬੇਸਮੈਂਟ 'ਚ ਰਹਿੰਦੇ ਆ, ਜਿੱਥੇ ਘਰ ਦੀ 2 ਪਾਰਕਿੰਗ ਸਪਾਟ ਹੁੰਦੀਆਂ, 4 ਕਾਰਾਂ ਖੜੀ ਹੁੰਦੀਆਂ ਡਰਾਈਵੇ ਵਿੱਚ, ਆਪਾਂ ਤਾਂ ਉਹਨਾਂ ਵੱਲ ਵੀ ਦੇਖ ਸਕਦੇ ਹਾਂ, ਕਹਿੰਦੇ ਵੀ ਗੰਦ ਪਾਉਂਦੇ ਆ ਜੀ। ਲੈਟਸ ਸਟਾਪ ਬਲੇਮਿੰਗ ਦ ਸਟੂਡੈਂਟਸ, ਓਕੇ? ਹੁਣ ਜਿਹੜੇ ਨਵੇਂ ਆਉਂਦੇ ਆ, ਦੇ ਨੀਡ ਹੈਲਪ ਜੀ। ਵੀ ਸ਼ੁੱਡ ਟੀਚ ਦਮ ਆ ਕੈਨੇਡਾ ਹੈਗਾ, ਆਹ ਰੂਲਸ ਹੈਗੀਆਂ, ਆਹ ਸਿਸਟਮ ਹੈਗੀਆਂ, ਆਈ ਡੋਂਟ ਸੀ ਐਨੀ ਬਰੀ ਹੈਲਪਿੰਗ ਦਮ। ਹੁਣ ਪੁਲਿਸ ਦੀ ਜਾਬ ਤਾਂ ਹੈਗੀ ਨਹੀਂ, ਅਸੀਂ ਸੋਸ਼ਲ ਅਸੀਂ ਸੋਸ਼ਲ ਸਰਵਿਸ ਨਹੀਂ ਹੈਗੇ, ਵੀ ਆਰ ਹੇਅਰ ਟੂ ਇਨਫੋਰਸ ਲਾਅ ਐਂਡ ਆਰਡਰ। ਪਰ ਜਿਹੜੀਆਂ ਚੈਰੀਟੇਬਲ ਆਰਗਨਾਈਜੇਸ਼ਨਸ ਹੈਗੀਆਂ, ਦੇ ਸ਼ੁੱਡ ਬੀ ਹੈਲਪਿੰਗ ਦ ਸਟੂਡੈਂਟਸ ਜੀ, ਇਨਸਟੈਡ ਕਮਿਊਨਿਟੀ ਉਹਨਾਂ ਵੱਲ ਬਲੇਮ ਕਰ ਜਾਂ ਵੀ ਗੰਦ ਪਾਇਆ ਤੁਸੀਂ, ਗੰਦ ਪਾਇਆ। ਹੁਣ ਮੇਰੇ ਪੇਰੈਂਟਸ 70s 'ਚ ਆਏ ਸੀ ਜੀ, ਜਦੋਂ ਆਏ ਉਹ ਆਏ ਸੀ, ਪਹਿਲਾਂ ਗੋਰੇ ਕਹਿੰਦੇ ਸੀ, ਆ ਕੇ ਉਰੇ ਲੋਕ ਗੰਦ ਪਾਉਣ ਲੱਗ ਪਏ। ਹੁਣ ਪੰਜਾਬੀ ਪੰਜਾਬੀ ਵੱਲ ਦੇਖ ਕੇ ਕਹੀ ਜਾਂਦੇ ਵੀ ਇਹ ਤੁਸੀਂ ਹੁਣ ਗੰਦ ਪਾਉਂਦੇ ਆ ਜੀ। ਹੈਰਾਨ ਦੀ ਗੱਲ ਆ, ਵੀ ਆਰ ਅਟੈਕਿੰਗ ਅਵਰ ਓਨ ਕਮਿਊਨਿਟੀ ਜੀ। ਹੁਣ ਇਜ਼ ਦੇਅਰ ਅ ਪ੍ਰੋਬਲਮ, ਲੜਾਈਆਂ ਹੁੰਦੀਆਂ? ਯੈਸ। ਬਟ ਐਜ਼ ਅ ਪੁਲਿਸ ਆਫਸਰ, ਜੇ ਮੈਨੂੰ ਕੋਈ ਫੋਨ ਨਾ ਕਰੇ ਵੀ ਕਿ ਲੜਾਈ ਹੁੰਦੀ ਆ, ਅਸੀਂ ਕੀ ਕਰੀਏ? ਬਿਲਕੁਲ ਸਹੀ, ਰਾਈਟ? ਵੀ ਕੈਨਟ ਬੀ ਐਵਰੀਵੇਅਰ, ਅਸੀਂ ਹੁਣ ਰੋਜ਼ ਥੜੁੱਥੇ ਪਲਾਜ਼ਾ 'ਤੇ ਬੈਠ ਸਕਦੇ ਹਾਂ 24 ਘੰਟੇ। ਅੱਛਾ, ਹੁਣ ਮੈਂ ਇੱਕ ਬਤੌਰ ਪੁਲਿਸ ਆਫਿਸਰ, ਤੁਸੀਂ ਲੰਬਾ ਸਮਾਂ ਹੋ ਗਿਆ ਡਿਊਟੀ ਕਰਦੇ ਹਨ, ਜਿਹੜੀਆਂ ਲੜਾਈਆਂ ਹੁਣ ਹੁੰਦੀਆਂ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਜਿਹੜੀਆਂ ਪੁਲਿਸ ਕੋਲ ਰਿਪੋਰਟ ਹੁੰਦੀਆਂ ਰਹੀਆਂ, ਉਹਨਾਂ ਵਿੱਚੋਂ ਕਿੰਨੇ ਪਰਸੈਂਟ ਲੜਾਈਆਂ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹੁੰਦੀਆਂ ਸੀ ਜਾਂ ਦੂਜਿਆਂ ਲੋਕਲ ਜਿਹੜੇ ਯੂਥ ਉਹਨਾਂ ਦੀਆਂ ਹੁੰਦੀਆਂ ਸੀਗੀਆਂ ਜ਼ਿਆਦਾਤਰ? ਓਕੇ, ਜਿਹੜਾ ਵੱਡਾ ਕੇਸ ਹੋਇਆ ਸੀ ਦਸੰਬਰ ਆਫ 2017 ਜੀ, ਜਿਹੜੀ ਪਹਿਲੀ ਵੀਡੀਓ ਕਾਫੀ ਵਾਇਰਲ ਹੋ ਗਈ ਸੀ ਜੀ, ਉਹਦੇ 'ਚ ਅਸੀਂ ਅਰੈਸਟ ਵੀ ਕੀਤਾ ਸੀ ਜੀ, ਐਂਡ ਯੈਸ ਉਹ ਸਟੂਡੈਂਟ ਸੀ ਐਟ ਦੈਟ ਪੁਆਇੰਟ ਜੀ। ਪਰ ਜਿਹੜੀਆਂ ਨਵੀਂ ਵੀਡੀਓ ਆਈ ਜਾਂਦੀਆਂ, ਵੀ ਡੋਂਟ ਨੋ, ਰਾਈਟ? ਬਿਲਕੁਲ, ਹੁਣ ਆਈ ਡੋਂਟ ਨੋ ਹੂ ਦੇ ਆਰ, ਨਾ ਤੁਹਾਨੂੰ ਪਤਾ, ਬਿਲਕੁਲ ਸਹੀ, ਰਾਈਟ? ਅਤੇ ਨਾ ਕੋਈ ਸਾਨੂੰ ਫੋਨ ਕਰਦਾ ਕਹਿੰਦਾ ਵੀ ਇਹ ਪਰਸਨ ਇਨਵੋਲਵਡ ਆ, ਤੁਸੀਂ ਇਹਨੂੰ ਇਨਵੈਸਟੀਗੇਟ ਕਰੀਏ ਜੀ, ਰਾਈਟ? ਪਰ ਜਦੋਂ ਮੀਟਿੰਗ ਹੋ ਜਾਂਦੀ, ਹੁਣ ਆਪਾਂ ਨੂੰ ਪਤਾ ਇਸ ਸਾਲ ਇਲੈਕਸ਼ਨ ਹੋਣੇ ਆ ਜੀ, ਮਿਊਨਿਸਪਲ ਗਵਰਨਮੈਂਟ ਲਈ, ਮੇਅਰ ਲਈ, ਸਿਟੀ ਕਾਊਂਸਲ ਲਈ, ਹੁਣ ਲੋਕ ਜ਼ਿਆਦਾ ਬੋਲਣ ਲੱਗ ਪਏ। ਆਈ ਥਿੰਕ ਫੋਰ ਦਰ ਓਨ ਸੈਲਫ ਇੰਟਰਸਟ, ਉਹ ਚਾਹੁੰਦਾ ਵੀ ਮੈਂ ਇਲੈਕਸ਼ਨ ਜਿੱਤਾਂ, ਵੀ ਮੇਰੇ ਵੱਲ ਦੇਖੋ ਮੈਂ ਹੁਣ ਕੀ ਕਰਦਾ, ਮੈਂ ਕਿਵੇਂ ਬੋਲਦਾ, ਰਾਈਟ? ਹੁਣ ਸਿਟੀ ਹਾਲ 'ਤੇ ਪ੍ਰੋਟੈਸਟ ਹੋਈ ਸੀ, ਕਿੰਨੇ ਜਾਣੇ ਹੋਏ ਸੀ? 100 ਜਾਣੇ 100 ਉੱਤੇ ਸੀ, ਰਾਈਟ ਜੀ? Do we ever protest? We saw apni community on drinking and driving, that kinni vaddi problem utthe protest hoi hai. Do we ever protest domestic violence in apni community, ch kinna vadda problem aur domestic violence tha? Has there been any protest about that? Nahi, right? Aaj hun video karke, I think hun MPs ne bhi chitthi likhi hai, right? MPs ne pehla koi chitthi likhi about drinking and driving, we community ch kinni vaddi problem hai, MPs are they concerned about domestic violence? Main ta koi chitthi likhi nahi unna to. Acha, hun aaj sun log aaye case te interest pa gaya, videos aa gaya, ਹੁਣ ਸਾਰੇ ਜਾਣੇ ਰੋਲਾ ਪਾਉਣ ਲੱਗ ਪਏ। ਇਹਦੇ ਨਾਲ ਪੁਲਿਸ ਤੇ ਕਿੰਨਾ ਪ੍ਰੈਸ਼ਰ ਵੱਧ ਜਾਂਦਾ ਜਦੋਂ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਨੇ? ਵੈਲ, ਪੁਲਿਸ ਇਜ਼ ਅ ਬਿਗ ਪ੍ਰੈਸ਼ਰ ਬਿਕਾਜ਼ ਦਿਸ ਇਜ਼ ਅ ਮੈਟਰ ਆਫ ਲਾਅ ਐਂਡ ਆਰਡਰ, ਤੇ ਲੋਕ ਪੁਲਿਸ ਵੱਲ ਦੇਖ ਰਹੇ ਆ, ਬਿਕਾਜ਼ ਦੈਟਸ ਆਰ ਜੌਬ ਟੂ ਫਾਈਂਡ ਆਊਟ ਵਾਟ ਹੈਪਨਡ, ਪਰ ਵੀ ਨੀਡ ਦ ਕਮਿਊਨਿਟੀਜ਼ ਹੈਲਪ ਜੀ, ਰਾਈਟ? ਆ ਕੇਸਿਸ ਸੋਲਵ ਨਹੀਂ ਹੁੰਦੇ, ਔਰ ਕੇਸਿਸ ਇਨਵੈਸਟੀਗੇਸ਼ਨ ਨਹੀਂ ਹੋਣੀ ਇਫ ਵੀ ਡੋਂਟ ਨੋ ਵੀ ਆਰ ਗੱਲ ਹੁੰਦੀ ਆ ਜੀ। ਅਤੇ ਉਸ ਤੋਂ ਬਾਅਦ ਚਲੋ ਲਗਾਤਾਰ ਆ ਗਈਆਂ ਪੁਲਿਸ ਦੀ ਡਿਊਟੀ ਵਿੱਚ ਜਾਂ ਪੈਟਰੋਲਿੰਗ ਦੇ ਵਿੱਚ ਕੁਛ ਫਰਕ ਪਿਆ, ਵਧਾਈਆਂ ਗਈਆਂ ਨੇ ਕਿ ਨਾ ਹੋਵੇ ਇਨ ਫਿਊਚਰ ਇਸ ਤਰ੍ਹਾਂ ਚੀਜ਼ਾਂ ਨਾ ਹੋਣ, ਪੁਲਿਸ ਵੱਲੋਂ ਫਿਰ ਕੀ ਸਟੈਪ ਲਏ ਗਏ ਨੇ ਹੁਣ ਤੱਕ? ਵਾ, ਹੁਣ ਜਦੋਂ ਸਾਨੂੰ ਪਤਾ ਲੱਗ ਜਾਂਦਾ, ਜਦੋਂ ਇੰਨਾ ਮੀਡੀਆ ਟੈਨਸ਼ਨ ਆ ਜਾਂਦਾ, ਵੀ ਇਨਕਰੀਜ਼ ਪੈਟਰੋਲਸ ਜੀ, ਓਕੇ? ਵੀ ਇਨਕਰੀਜ਼ ਪੈਟਰੋਲਸ ਅਰਾਊਂਡ ਪਲਾਜ਼ਾਸ, ਅਰਾਊਂਡ ਸ਼ੇਰਡਨ ਕਾਲਜ, ਅਸੀਂ ਇਨਕਰੀਜ਼ ਪੈਟਰੋਲਸ ਕੀਤੀਆਂ, ਐਂਡ ਵੀ ਆਰ ਟ੍ਰਾਈਂਗ ਟੂ ਰੀਚ ਆਊਟ ਟੂ ਕਮਿਊਨਿਟੀ ਮੈਂਬਰਸ, ਨੋ ਜਿਮ ਆਰਚ ਟੀਕਨ ਤੇ ਕਮਿਊਨਿਟੀ ਮੈਂਬਰਸ ਦੀ ਮੀਟਿੰਗ ਹੋਈ ਸੀ, ਰਾਈਟ? ਆਈ ਥਿੰਕ ਇੰਟੀਰੀਅਰ ਗੁਰਦੁਆਰਾ ਕਮੇਟੀ ਨੇ ਔਰਗਨਾਈਜ਼ ਕੀਤਾ ਸੀ, ਸੋ ਟ੍ਰਾਈ ਟੂ ਬਿਲਡ ਪਾਰਟਨਰਸ਼ਿਪਸ ਵਿਦ ਦੋਸ ਕਾਈਂਡ ਆਫ ਕਮਿਟੀਜ਼ ਸ਼ੇਅਰਡ ਇਨ ਕਾਲਜ ਦੇ ਨਾਲ, ਟੂ ਬਿਕਮ ਮੋਰ ਪ੍ਰੋਐਕਟਿਵ, ਟੂ ਸੀ ਵਟ ਦ ਸਿਚੁਏਸ਼ਨ ਇਜ਼, ਰਾਈਟ? ਐਂਡ ਸੀ ਇਫ ਦਰਜ਼ ਐਨੀਥਿੰਗ ਦੈਟ ਦੀਜ਼ ਔਰਗਨਾਈਜੇਸ਼ਨਸ ਕੈਨ ਡੂ, ਵੀ ਜਿਹੜੇ ਸਟੂਡੈਂਟਸ ਨਾਮੇ ਆਉਂਦੇ ਆ, ਟੂ ਹੈਲਪ ਦਮ, ਰਾਈਟ? ਜਦੋਂ ਇੰਟਰਨੈਸ਼ਨਲ ਸਟੂਡੈਂਟ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਪ੍ਰੋਬਲਮਸ ਆ ਜਾਂਦੀਆਂ ਨੇ, ਕੁਛ ਨਾ ਕੁਛ ਉਹਨਾਂ ਨਾਲ ਹੈਪਨ ਹੋ ਜਾਂਦਾ, ਕੁਛ ਸਮਾਜ ਦੇ ਵਿੱਚ ਵਿਚਰਦੇ ਆ, ਕੀ ਉਹ ਹੁਣ ਪੁਲਿਸ ਕੋਲੋਂ ਸਹਿਯੋਗ ਲੈਂਦੇ ਆ ਜਾਂ ਡਰਦੇ ਆ? ਕਿਉਂਕਿ ਇੱਕ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਸਟੂਡੈਂਟਸ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਉਹ ਪੁਲਿਸ ਨੂੰ ਕਾਲ ਨਹੀਂ ਕਰਦੇ, ਕੁਛ ਇਸ ਤਰ੍ਹਾਂ ਦਾ ਤੁਸੀਂ ਦੱਸ ਸਕਦੇ ਹੋ ਕਿ ਸਟੂਡੈਂਟਸ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ ਪੁਲਿਸ ਦਾ? ਆਈ ਥਿੰਕ ਦੈਟਸ ਟਰੂ, ਹੁਣ ਸਟੂਡੈਂਟਸ ਆਈ ਥਿੰਕ ਡਰਦੇ ਆ ਟੂ ਕਾਲ ਦ ਪੁਲਿਸ ਜੀ, ਫਸਟ ਆਫ ਆਲ ਉਹ ਡਰਦੇ ਆ, ਜੇ ਮੈਂ ਪੁਲਿਸ ਦੇ ਕੋਲ ਕਿਹਾ ਸ਼ਾਇਦ ਮੈਨੂੰ ਨਾ ਕੁਛ ਹੋ ਜਾਵੇ, ਮੈਨੂੰ ਨਾ ਮੁੜ ਕੇ ਇੰਡੀਆ ਭੇਜ ਦੇਣ, ਹੈ ਨਾ? ਅਤੇ ਆਈ ਥਿੰਕ ਮੋਰ ਇੰਪੋਰਟੈਂਟ, ਉਹਨਾਂ ਨੂੰ ਸਿਸਟਮ ਦਾ ਪਤਾ ਨਹੀਂ ਵੀ ਉਹਦੇ ਪੁਲਿਸ ਇਜ਼ ਡਿਫਰੈਂਟ ਦੈਨ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਡੀਲਿੰਗਸ ਹੋਣੀਆਂ ਪੁਲਿਸ ਨਾਲ, ਮੇ ਬੀ ਉਹਨਾਂ ਦਾ ਨੈਗੇਟਿਵ ਐਸਪੈਕਟ ਹੋਣਾ ਪੰਜਾਬ ਪੁਲਿਸ ਦੇ ਨਾਲ, ਅਤੇ ਉਹ ਕੈਰੀ ਓਵਰ ਕਰਦੇ ਜਦੋਂ ਇੱਧਰ ਆ ਜਾਂਦੇ ਆ, ਸੋ ਆਈ ਡੋਂਟ ਥਿੰਕ ਦੇ ਅੰਡਰਸਟੈਂਡ ਦੈਟ ਵੀ ਆਰ ਹੇਅਰ ਟੂ ਹੈਲਪ ਦਮ, ਰਾਈਟ? ਅਸੀਂ ਉਰੇ, ਸਾਡੇ ਕੋਈ ਇੰਟਰਸਟ ਨਹੀਂ ਹੈਗਾ ਵੀ ਅਸੀਂ
ਡਿਪੋਰਟ ਕਰੇ ਲੋਕਾਂ ਨੂੰ ਔਰ ਉਹਨਾਂ ਨੂੰ ਫਸਾਉਣ ਜੇ ਕੋਈ ਕੰਪਲੇਂਟ ਕਰੇ. ਸੋ ਦੈਟਸ ਦ ਵਰਕ ਕਮਿਊਨਿਟੀ ਦੀ ਰੋਲ ਹੈਗੀ ਆ, ਜਿਹੜੇ ਚੈਰੀਟੇਬਲ ਗਰੁੱਪਸ ਹੈਗੇ ਟੂ ਟੀਚ ਦਮ ਵੀ ਦਿਸ ਇਜ਼ ਹਾਊ ਯੂ ਦਿਸ ਇਜ਼ ਵਾਟ ਯੂ ਸ਼ੁੱਡ ਡੂ ਇਫ ਯੂ ਹੈਵ ਐਨ ਇਸ਼ੂ ਕਾਲ ਦ ਪੁਲਿਸ ਵੀ ਪੁਲਿਸ ਇਜ਼ ਦੇਅਰ ਟੂ ਹੈਲਪ ਯੂ. ਬਿਲਕੁਲ. ਅੱਛਾ, ਇਸ ਤੋਂ ਇਲਾਵਾ ਇਹ ਤਾਂ ਇੱਕ ਮਸਲਾ ਸੀ ਕਿ ਵੀਡੀਓ ਸਾਡੇ ਸਾਹਮਣੇ ਆ ਗਈਆਂ ਅਤੇ ਅਸੀਂ ਸਟੂਡੈਂਟਸ ਉੱਪਰ ਬਲੇਮ ਕਰਨਾ ਸ਼ੁਰੂ ਕਰ ਦਿੱਤਾ, ਪਰ ਜੇ ਹੁਣ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾਵੇ ਤਾਂ ਕ੍ਰਾਈਮ ਰੇਟ ਵੱਧ ਰਿਹਾ ਲਗਾਤਾਰ, ਅਪਰਾਧ ਦੀਆਂ ਗਤੀਵਿਧੀਆਂ ਲਗਾਤਾਰ ਵਧੀਆਂ ਨੇ, ਸ਼ੂਟਿੰਗ ਦੀਆਂ ਖਬਰਾਂ ਰੋਜ਼ ਆਉਂਦੀਆਂ ਨੇ, ਹੱਤਿਆਵਾਂ ਹੋ ਰਹੀਆਂ ਨੇ, ਮਰਡਰ ਹੋ ਰਹੇ ਨੇ, ਇਹ ਇੱਕਦਮ ਕਿਵੇਂ ਵੱਧ ਗਿਆ, ਇਹ ਪੁਲਿਸ ਕਿੰਨੀ ਚਿੰਤਤ ਹੈ ਇਸ ਤੋਂ? ਸੋ ਲਾਸਟ ਵੀਕ ਦੇਰ ਵਾਸ ਅ ਰੀਜਨਲ ਕਾਉਂਸਲ ਮੀਟਿੰਗ ਜਿੱਥੇ ਪੀ ਰੀਜਨਲ ਪੁਲਿਸ ਦੀ ਚੀਫ ਜੈਨੀਫਰ ਐਵਨਸ ਉੱਥੇ ਨੇ ਪ੍ਰੈਜੈਂਟੇਸ਼ਨ ਕੀਤਾ ਸੀ ਐਂਡ ਯਾ ਸ਼ੀ ਦ ਸਟੈਟਿਸਟਿਕਸ ਤਾਂ ਝੂਠ ਨਹੀਂ ਬੋਲਦੇ, ਵਾਇਲੈਂਟ ਕ੍ਰਾਈਮ ਹੈਜ਼ ਇਨਕਰੀਸਡ ਜੀ, ਓਕੇ, ਸ਼ੂਟਿੰਗਸ ਹੈਵ ਇਨਕਰੀਸਡ ਰਾਈਟ, ਅਸਾਲਟਸ ਹੈਵ ਇਨਕਰੀਸਡ ਐਂਡ ਉਹਦਾ ਕਾਰਨ ਕੀ ਹੈਗਾ, ਦੇਰ ਇਜ਼ ਬਿਨ ਅ ਚੇਂਜ ਇਨ ਦ ਲਾਸਟ, ਆਈ ਥਿੰਕ ਇਫ ਯੂ ਲਿਸਨ ਟੂ ਚੀਫ ਜੈਨੀਫਰ ਐਵਨਸ ਉਹਨੇ ਆਪ ਕਿਹਾ ਸੀ ਦੇਰ ਇਜ਼ ਬਿਨ ਅ ਚੇਂਜ ਇਨ ਦ ਲਾਸਟ ਈਅਰ ਈਅਰ ਐਂਡ ਹਾਫ ਲੈਜਿਸਲੇਸ਼ਨ ਵਿੱਚ ਜਿੱਥੇ ਹੁਣ ਪੁਲਿਸ ਆਫਿਸਰ ਦੀ ਜੋਬ ਥੋੜ੍ਹੀ ਜਿਹੀ ਡਿਫੀਕਲਟ ਹੋ ਗਈ ਔਰ ਚੇਂਜ ਹੋ ਗਈ. ਅੱਛਾ. ਐਂਡ ਆਈ ਥਿੰਕ ਜਿਹੜੇ ਹੁਣ ਕ੍ਰਿਮੀਨਲਸ ਹੈਗੇ ਆ, ਜਿਹੜੇ ਗਨਸ ਕੈਰੀ ਕਰਦੇ ਆ, ਜਿਹੜੇ ਉਹ ਜੀ ਐਕਟੀਵਿਟੀ 'ਚ ਇਨਵੋਲਵ ਹੈਗੇ ਆ, ਦੇ ਫੀਲ ਵੀ ਹੁਣ ਪੁਲਿਸ ਸਾਡੇ ਵੱਲ ਨਹੀਂ ਦੇਖੂਗੀ, ਵਿਦ ਦੇ ਵੀ ਫੀਲ ਦੇ ਦੇ ਥਿੰਕ ਦੇ ਕੈਨ ਗੈਟ ਅਵੇ ਵਿਦ ਓਏ ਜੀ ਐਕਸ਼ਨਸ ਵਿੱਚ. ਅੱਛਾ. ਐਂਡ ਇਟਸ ਅਨਫੋਰਚੁਨੇਟ ਬਿਕਾਜ਼ ਦ ਸਟੈਟਿਸਟਿਕਸ ਸ਼ੋ ਦੈਟ ਦੇਰ ਇਜ਼ ਮੋਰ ਸ਼ੂਟਿੰਗਸ ਇਨ ਮਿਸਿਸਾਗਾ ਐਂਡ ਬ੍ਰੈਂਪਟਨ ਓਵਰ ਲਾਸਟ ਈਅਰ, ਐਂਡ ਇਟਸ ਅਨਫੋਰਚੁਨੇਟ ਦੈਟ ਦੈਟਸ ਇਜ਼ ਸਮਥਿੰਗ ਵੀ ਹੈਵ ਟੂ ਡੀਲ ਵਿਦ ਐਜ਼ ਅ ਕਮਿਊਨਿਟੀ ਐਂਡ ਦ ਪੋਲੀਟੀਸ਼ੀਅਨਸ ਐਂਡ ਦ ਪੁਲਿਸ ਡਿਪਾਰਟਮੈਂਟ. ਹੁਣ ਤੱਕ ਕਿੰਨੇ ਮਰਡਰ ਜਿਹੜੇ ਹੁਣ ਤੱਕ ਜਿਹੜੇ ਆ ਉਹ ਕੇਸ ਹੋਏ ਆ ਪੁਲਿਸ ਨੇ ਫਾਈਲ ਕੀਤੇ ਆ? ਸੋ ਫਰ 2018 ਆਲਰੇਡੀ 14 ਹੋ ਚੁੱਕੇ ਇਨ ਦ ਰੀਜਨ ਆਫ ਪੀਓ. ਅੱਛਾ ਜੀ. ਅਤੇ ਹਾਲੇ 6 ਮਹੀਨੇ ਹੋਏ ਆ, ਹੈ ਨਾ, ਜੇ ਅਸੀਂ ਜੈਕਨ ਟ੍ਰੈਂਡ ਕਰਨੀ, ਇਫ ਦ ਟ੍ਰੈਂਡ ਕੰਟੀਨਿਊਜ਼ ਇਨ ਦਿਸ ਵੇ ਬਾਈ ਦੀ ਐਂਡ ਆਫ ਦ ਈਅਰ ਜੇ ਆਪਾਂ 28-30 ਪਹੁੰਚ ਗਏ, ਦੈਟਸ ਨਿਊ ਰੈਕਡ ਫਰ ਦ ਰੀਜਨ ਆਫ ਪੀਓ ਹੋਮਿਸਾਈਡਸ ਲਈ. ਇਹ ਤਾਂ ਕਾਫੀ ਚਿੰਤਾਜਨਕ ਹੋਈ ਜਾ ਰਿਹਾ. ਫਿਰ ਪੁਲਿਸ ਇਹਨਾਂ ਚੀਜ਼ਾਂ ਨੂੰ ਠੱਲਣ ਵਾਸਤੇ ਕੀ ਕਰ ਰਹੀ, ਪਲਾਨ ਕੀ ਬਣਿਆ ਕੁਛ, ਕਿਉਂਕਿ ਜ਼ਿਆਦਾਤਰ ਲੱਗ ਰਿਹਾ ਕਿ ਜਿਵੇਂ ਗੈਂਗਸ ਇਨਵੋਲਵ ਹੁੰਦੇ ਆ, ਕਿੰਨੇ ਕੁ ਗੈਂਗ ਐਕਟਿਵ ਨੇ ਕੁਝ ਪੁਲਿਸ ਦੇ ਕੋਲ, ਕਿੰਨੇ ਕੁ ਰਿਪੋਰਟ ਨੇ ਕਿ ਇੰਨੇ ਗੈਂਗ ਐਕਟਿਵ ਹੋਏ ਨੇ ਇਸ ਏਰੀਆ 'ਚ? ਆਈ ਡੋਨਟ ਨੋ ਹਾਊ ਸਪੈਸੀਫਿਕ ਨੰਬਰਸ ਵੀ ਕਿੰਨੇ ਗੈਂਗਸ ਹੈਗੇ ਆ, ਬਟ ਜਿਹੜੀ ਪੁਲਿਸ ਦੀ ਰਿਸਪਾਂਸ, ਆਲ ਵੀ ਕੈਨ ਡੂ ਇਜ਼ ਬੀ ਮੋਰ ਪ੍ਰੋਐਕਟਿਵ, ਵਰ ਸਟੈਪਿੰਗ ਅਪ ਪੈਟਰੋਲਸ, ਵਰ ਗੋਇੰਗ ਇਨ ਏਰੀਆਜ਼ ਜਦੋਂ ਲੋਕ ਫੋਨ ਕਰਦੇ ਨੇ ਕੰਪਲੇਨ ਅਬਾਊਟ ਅ ਸਰਟਨ ਏਰੀਆ, ਵੀ ਇਨਕਰੀਸ ਪੈਟਰੋਲਸ ਇਨ ਦੈਟ ਏਰੀਆ, ਵੀ ਹੈਵ ਕਮਿਊਨਿਟੀ ਮੋਬਲਾਈਜੇਸ਼ਨ ਟੀਮਸ ਜਿਹੜੀ ਐਕਟਿਵਲੀ ਆਊਟ ਦੇਅਰ ਟ੍ਰਾਈਂਗ ਟੂ ਬਿਲਡ ਪਾਰਟਨਰਸ਼ਿਪਸ ਵਿਦ ਕਮਿਊਨਿਟੀ. ਸੋ ਫਰਮ ਅ ਪੁਲਿਸ ਪਰਸਪੈਕਟਿਵ ਮੈਂ ਤਾਂ ਕਹਿੰਦਾ ਵੀ ਡੂਇੰਗ ਆਲ ਵੀ ਕੈਨ ਡੂ, ਰਾਈਟ, ਜਿਹੜੇ ਸਾਡੇ ਲਿਮਿਟਡ ਰਿਸੋਰਸਿਸ ਹੈਗੇ ਆ, ਵੀ ਡੂਇੰਗ ਆਲ ਦੈਟ ਵੀ ਕੈਨ ਡੂ, ਬਟ ਵੀ ਨੀਡ ਦ ਕਮਿਊਨਿਟੀਜ਼ ਹੈਲਪ ਆਲਸੋ. ਇਟਸ ਜਸਟ ਨਾਟ ਅ ਪੁਲੀਸਿੰਗ ਸਿਚੁਏਸ਼ਨ, ਰਾਈਟ, ਵੀ ਨੀਡ ਹੈਲਪ ਫਰਮ ਦ ਪੋਲੀਟੀਸ਼ੀਅਨਸ ਐਂਡ ਦ ਕਮਿਊਨਿਟੀ. We're only one piece of the puzzle here, one piece of the solution actually. Ji us to alawa ek hor jada masla hai oh vi vadda ja reha hai, lagbhag har ek educational institute de vich drugs di problem jehdi hai oh vi kafi zyada increase hoyi hai jo society de vich awaz aa rahi hai ne, oh police nu kinni aware hai ode bare? Well, drugs unfortunately school de chuni problem, it's a problem in apni society de general han apni community de ch apnu pata jehdi heroin na ji, it's a kafi serious issue in our community, right? On schools which are their drugs, yes. On officers in Peel region, we're lucky. Mm-hmm. We up in a school which officers are like, yeah, on Toronto, which on the card, they say, right? On the politicians, ne, ki activist groups, they complain, ki ta si, politicians, jada, on the sort of police officer, ne, card, they say. So we're lucky in Brampton, the Mississauga, that we still have officers in the schools. And we tell kids, if you see drugs, if you see something happening, we sanu dasso. And kids do come forward. They do feel comfortable speaking to our police officers in the schools. We have a great relationship with the students. Te jadon ohi jiyan gallan sanu dasde, we take action. Unfortunately, the reality is schools that yes, there are drugs, just like amongst society itself. Kis tarah schools vich drugs kivein aa jandiyan ne, kaun log involve hunde aa ide vich aam taur te, kinne ko log arrest hunde aa drugs de vich khaas karke? Main tuhanu statistics ta nahi dass sakda we can arrest on them, but we see arrest ta karde aa, and the drugs come in from other students, right? Aur jehde baharle jehde older individuals hage aan, the students nu use karde aa, ਵੀ ਤੂੰ ਆ ਸਕੂਲ 'ਚ ਆ ਡਰੱਗਸ ਲੈ ਕੇ ਜਾ, ਵੇਚਣ ਲੱਗ ਜਾ, ਮੈਂ ਤੈਨੂੰ ਪੈਸੇ ਐਕਸਟਰਾ ਦਊਂਗਾ ਉਹ ਜਿਹੀਆਂ ਗੱਲਾਂ ਵਿੱਚ. ਸੋ ਅਨਫੋਰਚੁਨੇਟਲੀ ਜਿਹੜੀ ਆਪਣੀ ਕਮਿਊਨਿਟੀ ਵਿੱਚ ਜਿਹੜੇ ਆਪਾਂ ਐਲਡਰ ਜਿਹੜੇ ਓਲਡਰ ਪੀਪਲ ਆ, ਦੇ ਆਰ ਦ ਵਨਸ ਦੇ ਆਰ ਟੇਕਿੰਗ ਐਡਵਾਂਟੇਜ ਆਪਣੇ ਨਿਆਣਿਆਂ ਦੇ. ਜੀ, ਹੁਣ ਜਦੋਂ ਪਤਾ ਲੱਗ ਜਾਂਦਾ ਕਿ ਇਸ ਤਰ੍ਹਾਂ ਡਰੱਗਸ ਜਿਹੜੀਆਂ ਨੇ ਇਨਵੋਲਵ ਹੋ ਰਹੀਆਂ ਨੇ, ਸਟੂਡੈਂਟਸ ਆ ਰਹੇ ਆ, ਸਟੂਡੈਂਟਸ ਨੂੰ ਵੀ ਐਜੂਕੇਟ ਕੀਤਾ ਜਾਂਦਾ, ਪੁਲਿਸ ਦੱਸਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਆਈਡੈਂਟੀਫਾਈ ਕਰੋ ਇਹਨਾਂ ਲੋਕਾਂ ਨੂੰ, ਜਾਂ ਸਟੂਡੈਂਟਸ ਨੂੰ ਕਿਸ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ? ਜ਼ਿਆਦਾਤਰ ਤਾਂ ਇਹ ਹੁੰਦਾ ਕਿ ਜਿਹੜੇ ਲੋਕ ਡਰੱਗਸ ਵਿੱਚ ਇਨਵੋਲਵ ਹੁੰਦੇ ਆ ਉਹ ਗੈਂਗ ਹੁੰਦੇ ਆ, ਉਹਨਾਂ ਤੋਂ ਡਰ ਹੁੰਦਾ ਹਰੇਕ ਨੂੰ ਕਿ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ, ਫਿਰ ਕਿਵੇਂ ਉਹਨੂੰ ਮੈਨੇਜ ਕਿਵੇਂ ਕਰਦੇ ਹੋ? So not just only the Peel Regional Police, here at Peel District School Board, we all do presentations in front of students, teaching them the evils of drug, being drug, involved with drugs.
ਹੁਣ ਜੇ ਕਿਸ ਨੇ ਕੰਪਲੇਂਟ ਕਰਨੀ ਉਹ ਅਨੋਨਿਮਸਲੀ ਕਰ ਸਕਦੇ ਹਾਂ, ਰਾਈਟ? ਅਸੀਂ ਨੋ ਤਾਂ ਨਹੀਂ ਦਿੰਦੇ ਕਿਸ ਨੂੰ ਵੀ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਸੀ ਤਾਂ ਤੁਹਾਨੂੰ ਅਰੈਸਟ ਕੀਤਾ। ਜੇ ਪੁਲਿਸ ਆਫਿਸਰ ਨਾਲ ਗੱਲ ਨਹੀਂ ਕਰਨੀ, ਤੁਹਾਨੂੰ ਪਤਾ ਪ੍ਰੋਗਰਾਮ ਹੈਗਾ ਕ੍ਰਾਈਮ ਸਟਾਪਰਸ ਦਾ, ਜਿੱਥੇ ਫੋਨ ਨੰਬਰ ਹੈਗਾ, ਤੁਸੀਂ ਅਨੋਨਿਮਸਲੀ ਨੋ ਨਹੀਂ ਦੇਣਾ ਪੈਂਦਾ, ਨਾ ਤੁਹਾਡਾ ਫੋਨ ਨੰਬਰ ਰਿਕਾਰਡ ਹੁੰਦਾ। ਜਸਟ ਲੀਵ ਅ ਮੈਸੇਜ, ਇਨਫੋਰਮੇਸ਼ਨ ਦੇ ਦਿਓ, ਅਤੇ ਅਸੀਂ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਹਾਂ। ਵੀ ਮੇਕ ਅ ਲੋਟ ਅਰੈਸਟ ਫਰੋਮ ਦੈਟ। ਸੋ ਡਰ ਨਹੀਂ ਚਾਹੀਦਾ ਲੋਕਾਂ ਨੂੰ, ਜੇ ਮੈਂ ਪੁਲਿਸ ਆਫਿਸਰ ਦੇ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂ, ਵੀ ਉਹ ਦੱਸ ਦੇਣਗੇ ਕਿਸ ਨੂੰ ਇਹਨੇ ਮੈਨੂੰ ਦੱਸਿਆ ਤਾਂ ਅਰੈਸਟ ਹੋਇਆ ਮੈਂ। ਸੋ ਤੇ ਰੀਪ੍ਰਕਾਸ਼ਨ ਔਕਰ ਨਾ ਹੋਣ, ਦੇਰ ਇਜ਼ ਨੋ ਨਥਿੰਗ ਟੂ ਬੀ ਅਫਰੇਡ ਆਫ। ਕੀ ਪੁਲਿਸ ਕੋਲ ਇੰਨੇ ਆਫਿਸਰਸ ਹੈ ਨੇ ਕਿ ਜਿਸ ਤਰੀਕੇ ਨਾਲ ਕ੍ਰਾਈਮ ਵੱਧ ਰਿਹਾ, ਜਿਸ ਤਰ੍ਹਾਂ ਨਾਲ ਪ੍ਰੋਬਲਮ ਜਿਹੜੀਆਂ ਵੱਧ ਰਹੀਆਂ ਲਗਾਤਾਰ, ਕਿ ਉਹਨਾਂ ਨੂੰ ਰੋਕਣ ਲਈ ਪੁਲਿਸ ਕੋਲ ਉਨੀ ਗਿਣਤੀ ਵਿੱਚ ਆਫਿਸਰਸ ਹੈ ਨੇ ਕਿ ਜ਼ਰੂਰਤ ਲੱਗਦੀ ਹੈ, ਮਹਿਸੂਸ ਹੁੰਦੀ ਹੈ ਕਿ ਹੋਰ ਜ਼ਿਆਦਾ ਪੁਲਿਸ ਆਫਿਸਰ ਹੋਣੇ ਚਾਹੀਦੇ ਨੇ? ਹੁਣ ਐਜ਼ ਅ ਪੁਲਿਸ ਆਫਿਸਰ ਮੈਂ ਤਾਂ ਚਾਹੁੰਦਾ ਵੀ ਹੋਰ ਪੁਲਿਸ ਆਫਿਸਰਸ ਹੋਣ, ਰਾਈਟ? ਜੀ। ਬਟ ਯੂ ਨੋ ਬਜਟ ਕੰਸਟ੍ਰੇਂਟ ਹੁੰਦੇ ਆ, ਦੈਟਸ ਅਪ ਟੂ ਦ ਰੀਜਨ ਆਫ ਪੀਓ ਟੂ ਡਿਸਾਈਡ ਵੀ ਕਿੰਨਾ ਆਫਿਸਰਸ ਹਾਇਰ ਕਰਨੇ ਚਾਹੁੰਦੇ ਆ, ਪਰ ਜਿੰਨੇ ਵੀ ਹੈਗੇ ਆ ਵੀ ਆਰ ਬਿਜ਼ੀ। ਹੁਣ ਮੈਂ ਰੋਜ਼ ਦੇਖਦਾ ਵੀ ਕਾਲਸ ਇਨ ਮਾਈ ਆਫਿਸ, ਅਸੀਂ ਸਾਡੇ ਕੋਲ ਬੋਰਡ ਹੁੰਦਾ ਵੀ ਕਿੰਨੇ ਪ੍ਰਾਇਰਟੀ ਕਾਲਸ ਹੁੰਦੇ, ਅਤੇ ਅਸੀਂ ਕੱਲ੍ਹ ਟਵਿੱਟਰ 'ਤੇ ਵੀ ਟਵੀਟ ਕੀਤਾ ਸੀ ਵੀ ਹੁਣ ਇੰਨੇ ਅਸੀਂ ਬਿਜ਼ੀ ਹਾਂ, ਵੀ ਇੰਨੇ ਪ੍ਰਾਇਰਟੀ ਕਾਲਸ ਚੱਲਦੇ ਹਾਂ। ਮੈਂ ਝੂਠ ਨਹੀਂ ਬੋਲ ਸਕਦਾ, ਵੀ ਵੈਰੀ ਬਿਜ਼ੀ। ਜਦੋਂ ਆਫਿਸਰ ਸ਼ਿਫਟ ਸ਼ੁਰੂ ਕਰਦਾ ਜੀ, ਦੇਰ ਇਜ਼ ਨੋ ਡਾਊਨ ਟਾਈਮ। ਅੱਛਾ। ਜਦੋਂ ਵੀ 6 ਵਜੇ ਤੋਂ 6 ਵਜੇ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ, ਆਲ ਨਾਈਟ ਲੌਂਗ, ਆਲ ਈਵਨਿੰਗ ਲੌਂਗ ਉਹ ਬਿਜ਼ੀ ਰਹਿੰਦੇ ਹਾਂ ਜੀ। ਸੋ ਵੁਡ ਆਈ ਲਾਈਕ ਟੂ ਸੀ ਮੋਰ ਪੁਲਿਸ ਆਫਿਸਰਸ? ਯੈਸ, ਬਟ ਦੈਟਸ ਨਾਟ ਸਮਥਿੰਗ ਦੈਟਸ ਇਨ ਆਰ ਕੰਟਰੋਲ। ਅੱਛਾ, ਤੇ ਇਹਦੇ ਵਾਸਤੇ ਕੁਛ, ਕਿਉਂਕਿ ਮੈਂ ਤੁਹਾਡੇ ਕੋਲ ਪਤਾ ਨਹੀਂ ਅਧਿਕਾਰ ਹੈ ਕਿ ਨਹੀਂ, ਉਹ ਕੋਈ ਪਲਾਨ ਹੈ ਅਜੇ ਆਉਂਦੇ ਸਮੇਂ ਦੇ ਵਿੱਚ ਹੈ ਕਿ ਹੋਰ ਜ਼ਿਆਦਾ ਪੁਲਿਸ ਆਫਿਸਰ ਜਿਹੜੇ ਆਉਣਗੇ, ਨਵੇਂ ਪੁਲਿਸ ਆਫਿਸਰ ਆਉਣਗੇ, ਜਾਂ ਕਿੰਨਿਆਂ ਦੀ ਜ਼ਰੂਰਤ ਕਿੰਨੀ ਹੈ ਇਸ ਵਕਤ ਹੈਗੀ ਹੈ? ਸੋ ਅਸੀਂ ਵੀ ਪ੍ਰੋਵਾਈਡ ਇਨਫੋਰਮੇਸ਼ਨ ਟੂ ਦ ਰੀਜਨ ਆਫ ਪੀਓ ਪੁਲਿਸ ਸਰਵਿਸਿਸ ਬੋਰਡ ਹੈਗਾ, ਅਤੇ ਜਿਹੜੀ ਸਾਡੀ ਚੀਫ ਮੈਨੇਜਮੈਂਟ ਗਰੁੱਪ ਆ, ਦੇ ਲੁੱਕ ਐਟ ਦ ਨੰਬਰਸ, ਅਤੇ ਉਹ ਪ੍ਰੋਵਾਈਡ ਕਰ ਦਿੰਦੇ ਇਨਫੋਰਮੇਸ਼ਨ ਟੂ ਦ ਪੁਲਿਸ ਸਰਵਿਸਿਸ ਬੋਰਡ। ਪਰ ਅਪ ਟੂ ਐਟ ਦੀ ਐਂਡ ਇਟਸ ਅਪ ਟੂ ਦੈਮ ਟੂ ਡਿਸਾਈਡ ਐਂਡ ਦ ਰੀਜਨ ਆਫ ਪੀਓ ਟੂ ਡਿਸਾਈਡ ਵੀ ਉਹ ਕਿੰਨੇ ਪੁਲਿਸ ਆਫਿਸਰ ਚਾਹੁੰਦੇ ਆ। ਹੋਰ ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਪੁਲਿਸ ਨੂੰ ਇਸ ਵਕਤ ਫੇਸ ਕਰਨੀਆਂ ਪੈ ਰਹੀਆਂ ਨੇ, ਜਦੋਂ ਇਹ ਸਾਰਾ ਕੁਝ ਹੋ ਰਿਹਾ, ਕੀ ਹੋਰ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ? ਸੋ ਜੇ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ, ਆਪਾਂ ਹੁਣ ਘੱਟ ਗੱਲ ਕਰਦੇ ਹਾਂ, ਪਰ ਜੇ ਡਰਿੰਕਿੰਗ ਐਂਡ ਡਰਾਈਵਿੰਗ ਦੀ ਪ੍ਰੋਬਲਮ, ਡੋਮੈਸਟਿਕ ਵਾਇਲੈਂਸ ਦੀ ਇਸ਼ੂ ਆ, ਦੇਰ ਆਰ ਸਟਿਲ ਮੇਜਰ ਇਸ਼ੂਸ, ਦੇਰ ਬਿਗਰ ਇਸ਼ੂਸ ਦੈਨ ਸਟਿਕ ਫਾਈਟਿੰਗ, ਰਾਈਟ? ਅੱਛਾ। ਜਿਹੜੀ ਸਟਿਕ ਫਾਈਟਿੰਗ ਜਿਹੜੀ ਲੜਾਈ ਹੋ, ਤਾਂ ਜ਼ਿਆਦਾ ਇੰਟਰਸਟਿੰਗ ਇੱਕ ਵੀਡੀਓ ਬਣਦੀ ਹੁੰਦੀ ਆ ਜੀ, ਜਿਹੜੇ ਘਰ ਦੀ ਗੱਲਾਂ ਹੁੰਦੀਆਂ ਬਿਹਾਈਂਡ ਕਲੋਜ ਡੋਰਸ, ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਐਜ਼ ਅ ਪੁਲਿਸ ਆਫਿਸਰ ਵੀ ਸੀ ਵੀ ਘਰਾਂ ਵਿੱਚ ਕਿੰਨੀ ਡੋਮੈਸਟਿਕ ਵਾਇਲੈਂਸ ਹੁੰਦੀ ਆ, ਵੀ ਨੋ ਅਸੀਂ ਹੁਣ ਕਿੰਨੇ ਅਰੈਸਟ ਕਰਦੇ ਹਾਂ ਰੋਜ਼ ਸ਼ਰਾਬ ਪੀ ਕੇ। ਅੱਛਾ ਜੀ। ਰਾਈਟ, ਐਂਡ ਆਪਣੀ ਕਮਿਊਨਿਟੀ ਦੇ, ਮੈਂ ਪੰਜਾਬੀਆਂ ਦੀ ਗੱਲ ਕਰਦਾ, ਜਿਹੜੇ ਬ੍ਰੈਂਪਟਨ ਵਿੱਚ ਮਿਸਾਗਾ ਵਿੱਚ ਰਹਿੰਦੇ ਆ, ਦੋਜ਼ ਆਰ ਮੇਜਰ ਇਸ਼ੂਜ਼, ਅਤੇ ਆਈ ਥਿੰਕ ਹੁਣ ਉਹ ਘੱਟ ਆਪਾਂ ਡਿਸਕਸ ਕਰਦੇ ਹਾਂ। ਜਿਹੜੀ ਇਹ ਜੀ ਸਿਚੁਏਸ਼ਨ ਬਣ ਜਾਂਦੀ ਹੈ, ਜ਼ਿਆਦਾ ਇੰਟਰਸਟਿੰਗ ਹੁੰਦੀ ਹੈ ਲੜਾਈਆਂ ਦੀ, ਕਿਸੇ ਵੀਡੀਓ ਵੀ ਹੁੰਦੀ ਹੈ ਨਾਲ, ਅਤੇ ਆਈ ਥਿੰਕ ਉਹ ਮੀਡੀਆ ਵੀ ਜ਼ਿਆਦਾ ਇੰਟਰਸਟ ਉਹਨਾਂ ਦਾ ਚਲਾਉਂਦਾ, ਕਿ ਇਸ ਵੀਡੀਓ ਹੁੰਦੀ ਆ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਦੋਂ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ, ਤਾਂ ਸਾਰਿਆਂ ਦਾ ਧਿਆਨ ਹੁੰਦਾ ਕਿ ਸ਼ਾਇਦ ਇਹ ਖਬਰ ਤੱਤੀ ਹੈ, ਇਹਨੂੰ ਜ਼ਿਆਦਾ ਹਾਈਲਾਈਟ ਕਰ ਲਓ, ਜਦਕਿ ਜਿਵੇਂ ਇਹਨਾਂ ਨੇ ਦੱਸਿਆ ਸੋਹੀ ਉਹਨਾਂ ਨੇ ਕਿ ਸਮੱਸਿਆਵਾਂ ਤਾਂ ਇਸ ਤੋਂ ਬਹੁਤ ਵੱਡੀਆਂ ਨੇ, ਜਿਹਨੂੰ ਅਸੀਂ ਜਿਹਦੇ ਉੱਪਰ ਗੱਲ ਹੀ ਨਹੀਂ ਕਰਨਾ ਚਾਹੁੰਦੇ, ਜਿਹੜੇ ਸਾਡੇ ਘਰਾਂ ਦੇ ਵਿੱਚ ਵਾਪਰ ਰਿਹਾ, ਅਸੀਂ ਬਾਹਰ ਉਂਗਲ ਕਰ ਦਿੰਦੇ ਹਾਂ। ਜਦੋਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ, ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ, ਤਾਂ ਜ਼ਿਆਦਾਤਰ ਗੰਭੀਰ ਕੇਸ ਕਿਸ ਤਰ੍ਹਾਂ ਦੇ ਨੇ, ਉਸ ਹਿੰਸਾ ਦੇ ਵਿੱਚ ਕੀ ਕੀ ਕਰਦੇ ਨੇ ਲੋਕ? ਉਹ ਡੋਮੈਸਟਿਕ ਵਾਇਲੈਂਸ, ਇਟਸ ਨਾਟ ਜਸਟ ਵੀ ਕਿਸ ਨੂੰ ਕੁੱਟਣਾ ਮਾਰਨਾ, ਵਰਬਲ ਵਾਇਲੈਂਸ ਵੀ ਹੁੰਦਾ, ਰਾਈਟ? ਰੋਜ਼ ਕਿਸ ਨੂੰ ਇਨਸਲਟ ਦੇ ਜਾਣੇ, ਰੋਜ਼ ਕਿਸ ਨੂੰ ਪੁੱਟ ਡਾਊਨ ਕਰੇ ਜਾਣਾ, ਪਰ ਵਾਇਲੈਂਸ ਵੀ ਹੁੰਦਾ, ਨਾਟ ਜਸਟ ਅਗੇਂਸਟ ਸਪਾਊਸ, ਅਗੇਂਸਟ ਕਿਡਸ ਟੂ, ਰਾਈਟ? ਅਤੇ ਹਾਲੇ ਵੀ ਆਪਣੀ ਕਮਿਊਨਿਟੀ 'ਚ ਥੋੜ੍ਹੀ ਜਿਹੀ ਸ਼ਰਮ ਦੀ ਗੱਲ ਹੁੰਦੀ ਹੈ, ਵੀ ਅਸੀਂ ਪੁਲਿਸ ਨੂੰ ਨਹੀਂ ਇਨਵੋਲਵ ਕਰਨਾ ਚਾਹੁੰਦੇ, ਵੀ ਪ੍ਰਾਈਵੇਟ ਮੈਟਰ ਆ। ਆਪਾਂ ਜਾਂ ਪਹਿਲਾਂ ਪੁਲਿਸ ਨੂੰ ਨਹੀਂ ਫੋਨ ਕਰਦੇ, ਪਹਿਲਾਂ ਆਈ ਫਾਈਂਡ ਵੀ ਰਿਲੇਟਿਵਸ ਨੂੰ ਫੋਨ ਕਰਦੇ ਹਾਂ, ਅਤੇ ਰਿਲੇਟਿਵਸ ਕਹਿੰਦੇ ਆਪਾਂ ਹੋਰ ਲੋਕਾਂ ਨੂੰ ਨਾ ਦੱਸੀਏ ਕੀ ਹੁੰਦਾ, ਪੁਲਿਸ ਨੂੰ ਨਾ ਫੋਨ ਕਰੋ, ਸਾਡੇ ਮੂਹਰੇ ਘਰ ਦੇ ਮੂਹਰੇ ਪੁਲਿਸ ਘਰ ਆ ਜਾਣਗੀਆਂ, ਸਾਰੇ ਪੁੱਛਣਗੇ ਗੁਆਂਢੀ ਵੀ ਕੀ ਹੋਇਆ। ਸੋ ਆਈ ਥਿੰਕ ਡਿਲੇ ਜਿਹਾ ਹੁੰਦਾ, ਵੀ ਪੀਪਲ ਹਾਲੇ ਵੀ ਹੈਜ਼ੀਟੇਟ ਹੈਗੇ ਟੂ ਕਾਲ, ਪਰ ਇਫ ਯੂ ਆਰ ਵਿਕਟਿਮ ਆਫ ਡੋਮੈਸਟਿਕ ਵਾਇਲੈਂਸ, ਮੈਂ ਤਾਂ ਕਹਿੰਦਾ ਵੀ ਪੁਲਿਸ ਨੂੰ ਪਹਿਲਾਂ ਫੋਨ ਕਰੋ, ਰਿਲੇਟਿਵਸ ਨੂੰ ਬਾਅਦ 'ਚ ਫੋਨ ਕਰੋ। ਬਿਲਕੁਲ ਬਿਲਕੁਲ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਮਸਲੇ ਉਹਨਾਂ ਮਸਲਿਆਂ ਬਾਰੇ ਵੀ ਪੁਲਿਸ ਨੂੰ ਦੱਸਿਆ ਕਰੋ, ਪੁਲਿਸ ਕੋਲ ਜਾਣਕਾਰੀ ਸਹੀ ਜਾਵੇਗੀ ਤਾਂ ਹੀ ਪੁਲਿਸ ਐਕਸ਼ਨ ਲਵੇਗੀ। ਅਸੀਂ ਪਹਿਲਾਂ ਵੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ MP ਸਾਡੇ ਨਾਲ ਜੁੜੇ ਸੀ, ਰੂਬੀ ਸੋਤਾ, ਉਹਨਾਂ ਨੇ ਵੀ ਇਹ ਅਪੀਲ ਕੀਤੀ ਸੀ, ਅਸੀਂ ਤੁਹਾਨੂੰ ਕਿਹਾ ਸੀ ਕਿ ਸਿਰਫ ਵੀਡੀਓ ਬਣਾਉਣ ਤੱਕ ਸੀਮਿਤ ਨਾ ਰਿਹਾ ਕਰੋ, ਪੁਲਿਸ ਨੂੰ ਕਾਲ ਕਰੋ, ਪੁਲਿਸ ਤੁਹਾਡਾ ਸਹਿਯੋਗ ਕਰਦੀ ਹੈ, ਪੁਲਿਸ ਜੇ ਜਾਂਚ ਕਰੇਗੀ ਤਾਂ ਫਿਰ ਅਸਲ 'ਚ ਤੁਹਾਨੂੰ ਸਹੀ ਤੱਥ ਵੀ ਤਾਂ ਹੀ ਤੁਹਾਡੇ ਤੱਕ ਪਹੁੰਚ ਕੇ ਪਹੁੰਚਣਗੇ ਕਿ ਕੌਣ ਲੋਕ ਇਨਵੋਲਵ ਹੁੰਦੇ ਆ ਇਸ ਤਰ੍ਹਾਂ ਦੇ ਝਗੜਿਆਂ ਦੇ ਵਿੱਚ, ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚ, ਜਾਂ ਜੋ ਸੜਕਾਂ ਦੇ ਉੱਪਰ ਰੋਜ਼ ਵਾਪਰ ਰਿਹਾ, ਰੋਜ਼ ਗੋਲੀ
ਪਲੀਜ਼ ਕਾਲ ਅਸ ਅਤੇ ਸਾਨੂੰ ਦੱਸੋ ਵੀ ਕਮਿਊਨਿਟੀ ਵਿੱਚ ਕੀ ਹੁੰਦਾ. ਦੈਟਸ ਦੈਟਸ ਅ ਨੰਬਰ ਵਨ ਥਿੰਗ. ਹੁਣ ਲਾਟ ਆਫ ਦੀਜ਼ ਇਸ਼ੂਜ਼ ਜਿਹੜੇ ਆਪਾਂ ਅੱਜ ਗੱਲ ਕਰਦੇ ਹਾਂ ਕੁੱਡ ਹੈਵ ਬੀਨ ਪ੍ਰੀਵੈਂਟਿਡ ਔਰ ਕੁੱਡ ਹੈਵ ਬੀਨ ਈਜ਼ੀਲੀ ਸੋਲਵਡ ਜੇ ਪੁਲਿਸ ਇਨਵੋਲਵ ਹੁੰਦੀ ਫਰੋਮ ਦ ਸਟਾਰਟ. ਬਿਲਕੁਲ ਸਹੀ. ਇਹ ਸਨ ਜੀ ਹਰਿੰਦਰ ਸੋਹੀ ਜੀ ਜੋ ਕਿ ਅਪੀਲ ਪੁਲਿਸ ਤੋਂ ਆਏ ਸੀ, ਕੌਂਸਟੇਬਲ ਹਰਿੰਦਰ ਸੋਹੀ. ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਜੇ ਤੁਸੀਂ ਇਸ ਤਰ੍ਹਾਂ ਸਹਿਯੋਗ ਕਰਨਾ ਸ਼ੁਰੂ ਕਰ ਦੋਗੇ ਪੁਲਿਸ ਨਾਲ ਤਾਂ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ. ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮੁੱਦੇ ਦੇ ਨਾਲ ਕਿਸੇ ਹੋਰ ਮਹਿਮਾਨ ਦੇ ਨਾਲ. ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ. ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ. ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ. ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ. ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ. ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ. ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ.